ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਨਜ਼ਰਬੰਦ 52 ਸਿੱਖਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੰਗੀ ਮਦਦ। ਪੰਜਾਬੀਆਂ ਨੂੰ ਵੀ ਲੱਗ ਰਿਹਾ ਅਮਰੀਕੀ ਸਖ਼ਤੀ ਦਾ ਸੇਕ। PNB ਫਰਾਡ ਵਿੱਚ ਸ਼ਾਮਲ ਸਨ ਕਲਰਕ ਤੋਂ ਆਡੀਟਰ ਤੱਕ। ਰਾਜਪਾਲ ਦੇ ਹਵਾਲੇ ਕਸ਼ਮੀਰ, ਅੱਤਵਾਦ ਤੇ ਲਗਾਮ ਨੂੰ ਫ੍ਰੀ ਹੈਂਡ। ਆਮ ਆਦਮੀ ਪਾਰਟੀ ਦੇ ਆਗੂ ਖਹਿਰਾ ਨੂੰ ਸਿਸੋਦੀਆ ਨੇ ਡਾਂਟਿਆ, ਕੇਜਰੀਵਾਲ ਨੇ ਵੀ ਝਿੜਕਾਂ ਦਿੱਤੀਆਂ। ਗੈਰ ਕਾਨੂੰਨੀ ਉਸਾਰੀਆਂ, ਸਿੱਧੂ ਵੱਲੋਂ ਮੇਅਰ ਨੂੰ 15 ਦਿਨਾਂ ਦੀ ਮੋਹਲਤ। ਨਾਜਾਇਜ਼ ਕਲੋਨੀ ਵਿੱਚ ਵਿਧਾਇਕ ਰਿੰਕੂ ਦੀ ਪਤਨੀ ਨੇ ਖਰੀਦੇ 2 ਪਲਾਟ। ਭਾਜਪਾ ਆਗੂ ਨੇ ਦੱਸਿਆ ਜਾਣ ਨੂੰ ਖਤਰਾ, ਰਿੰਕੂ ਨੇ ਆਖਿਆ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਦਾ ਪਹਿਲਾ JCB ਆਪਰੇਟਰ ਟ੍ਰੇਨਿੰਗ ਇੰਸਟੀਚਿਊਟ ਗੁਰਵਿੰਦਰ ਹੈਵੀ ਅਰਥ ਮੂਵਰਸ ਟਾਂਡਾ ਹੁਣ ਖੁੱਲ ਗਿਆ ਹੈ ਫਰੀਦਕੋਟ ਵਿੱਚ ਵੀ। ਅੱਜ ਹੀ ਸੰਪਰਕ ਕਰੋ ਸ਼ਹੀਦ ਭਗਤ ਸਿੰਘ ITI ਪੱਕੀ ਰੋਡ ਨੀਅਰ ਚੁੰਗੀ ਨੰਬਰ 5 ਫਰੀਦਕੋਟ ਪੰਜਾਬ। ਕਾਲ 88720 32526। ਇੰਡੋ ਅਮਰੀਕੀ ਸੰਗਠਨ ਸਿੱਖ ਫਾਰ ਜਸਟਿਸ ਦੀ ਮੁਹਿੰਮ ਰੈਫਰੈਂਡਮ 2020 ਦੇ ਮਸਲੇ ਤੇ ਆਮ ਆਦਮੀ ਪਾਰਟੀ ਵਿੱਚ ਰੌਲਾ ਰੱਪਾ ਪੈ ਰਿਹਾ ਹੈ। ਇਸੇ ਮੁੱਦੇ ਤੇ ਬੋਲ ਕੇ ਵਿਵਾਦਾਂ ਵਿੱਚ ਫਸੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਦਿੱਲੀ ਵਿੱਚ ਸਖ਼ਤ ਝਿੜਕਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਖਹਿਰਾ ਦੇ ਬਿਆਨ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸਾਫ਼ ਸਾਫ਼ ਆਖਿਆ ਕਿ ਐਸੀ ਬਿਆਨਬਾਜ਼ੀ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ। ਖਹਿਰਾ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਤੋਂ ਮਿਲਣ ਲਈ ਸਮਾਂ ਤੱਕ ਮੰਗਿਆ ਸੀ, ਲੇਕਿਨ ਕੇਜਰੀਵਾਲ ਨੇ ਮਿਲਣ ਤੋਂ ਇਨਕਾਰ ਕੀਤਾ ਤੇ ਮਨੀਸ਼ ਸਿਸੋਦੀਆ ਨੂੰ ਮਿਲਣ ਨੂੰ ਆਖ ਦਿੱਤਾ। ਸਿਸੋਦੀਆ ਨੇ ਆਪਣਾ ਸਖ਼ਤ ਰੁੱਖ ਅਪਣਾਉਂਦਿਆਂ ਖਹਿਰਾ ਨੂੰ ਸਪਸ਼ਟ ਕਰ ਦਿੱਤਾ ਕਿ ਪਾਰਟੀ ਐਸੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕਰੇਗੀ। ਨਾਲ ਹੀ ਉਹ ਆਖਿਆ ਕਿ ਖਹਿਰਾ ਆਪਣਾ ਸਪਸ਼ਟੀਕਰਨ ਵੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੇ ਜ਼ਰੀਏ ਭੇਜਣ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਬੀਤੇ ਦਿਨ ਟਵੀਟ ਕੀਤਾ ਸੀ ਕਿ ਉਹ ਸਾਲ 2020 ਵਿੱਚ ਹੋਣ ਵਾਲੇ ਰੈਫਰੈਂਡਮ ਦਾ ਵੋਟਰ ਨਹੀਂ, ਲੇਕਿਨ ਉਹ ਇਹ ਕਹਿਣ ਤੋਂ ਨਹੀਂ ਝਿਜਕਦੇ ਕਿ ਬਟਵਾਰੇ ਤੋਂ ਬਾਅਦ ਸਿੱਖ ਭਾਈਚਾਰੇ ਦੇ ਨਾਲ ਭੇਦਭਾਵ, ਸ਼ੋਸ਼ਣ, ਦਰਬਾਰ ਸਾਹਿਬ ਤੇ ਹਮਲੇ ਤੇ ਸਾਲ 1984 ਵਿੱਚ ਹੋਏ ਸਾਕਾ ਨੀਲਾਤਾਰਾ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ ਹੈ। ਖਹਿਰਾ ਦੇ ਇਸ ਬਿਆਨ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਹੰਗਾਮਾ ਹੋ ਗਿਆ ਸੀ। ਮਨੀਸ਼ ਸਿਸੋਦੀਆ ਨੇ ਖਹਿਰਾ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਮਨੀਸ਼ ਸਿਸੋਦੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਰਾਇਸ਼ਮਾਰੀ 2020 ਨਾਲ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖਹਿਰਾ ਦੇ ਇਸ ਬਿਆਨ ਨੂੰ ਵੱਖਵਾਦੀ ਪੱਖੀ ਕਰਾਰ ਦਿੱਤਾ ਸੀ। ਆਲੋਚਨਾ ਵਿੱਚ ਘਿਰਨ ਤੋਂ ਬਾਅਦ ਖਹਿਰਾ ਨੇ ਟਵੀਟ ਰਾਹੀਂ ਕੈਪਟਨ ਨੂੰ ਸੰਬੋਧਨ ਕਰਕੇ ਆਖਿਆ ਸੀ ਕਿ ਉਹਨਾਂ ਨੂੰ ਹੈਰਾਨੀ ਹੈ ਕਿ ਉਹਨਾਂ ਵਰਗੇ ਆਗੂ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਉਹਨਾਂ ਵਿਰੁੱਧ ਟਵੀਟ ਕਰ ਰਹੇ ਨੇ। ਉਹਨਾਂ ਆਖਿਆ ਕਿ ਉਹ ਰਾਇਸ਼ਮਾਰੀ 2020 ਲਈ ਵੋਟ ਨਹੀਂ ਪਾ ਰਹੇ, ਪਰ ਉਹਨਾਂ ਆਖਿਆ ਕਿ ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਵਿਤਕਰੇ ਦੀ ਨੀਤੀ ਨਿਰੰਤਰ ਜਾਰੀ ਰਹੀ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੰਗ ਕਰ ਚੁੱਕੇ ਹੈ ਕਿ ਕੇਜਰੀਵਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢਣ। ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਖਹਿਰਾ ਦੇ ਬਿਆਨ ਤੋਂ ਕੇਜਰੀਵਾਲ ਬੇਹੱਦ ਖਫ ਹੈ ਤੇ ਖਹਿਰਾ ਕਹਿ ਰਹੇ ਨੇ ਕਿ ਉਹਨਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਹੈ। ਖਹਿਰਾ ਦੀ ਹੋਣੀ ਬਾਰੇ ਫੈਸਲਾ ਅੱਜ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਇਕਾਈ ਦੇ ਪ੍ਰਧਾਨ ਵੱਲੋਂ ਭੇਜੇ ਲਿਖਤੀ ਜਵਾਬ ਨਾਲ ਹੋਣ ਦੇ ਆਸਾਰ ਨੇ। ਜੀ ਦੋਸਤੋ, ਨਿੰਦਰ ਘੁਗਿਆਣੀ ਵੱਲੋਂ ਸਤਿ ਸ੍ਰੀ ਅਕਾਲ ਕਰੋ ਪ੍ਰਵਾਨ। ਚੰਡੀਗੜ੍ਹ ਤੋਂ ਖਬਰਾਂ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕਰਦਿਆਂ 3 ਨਵੇਂ ਉਪ ਪ੍ਰਧਾਨ ਨਿਯੁਕਤ ਕਰ ਦਿੱਤੇ। ਨਵੇਂ ਨਿਯੁਕਤ ਕੀਤੇ ਪ੍ਰਧਾਨਾਂ 'ਚ ਬੁਢਲਾਡਾ ਤੋਂ MLA ਪ੍ਰਿੰਸੀਪਲ ਬੁੱਧ ਰਾਮ, ਮੌੜ ਬੰਡੀ ਤੋਂ MLA ਜਗਦੇਵ ਕਵਾਲੂ, ਗੜ੍ਹਸ਼ੰਕਰ ਤੋਂ MLA ਜੈ ਕਿਸ਼ਨ ਰੌੜੀ ਨੂੰ ਸੂਬਾਈ ਉਪ ਪ੍ਰਧਾਨ ਬਣਾਇਆ ਗਿਆ ਹੈ। ਜੋਧਪੁਰ ਦੇ ਨਜ਼ਰਬੰਦ ਸਿੱਖਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਭਰੋਸਾ ਮਿਲਿਆ, ਰਾਤ ਮਿਲ ਗਈ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਇਸ ਮਾਮਲੇ 'ਚ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ਼ CBI ਵੱਲੋਂ ਦਾਇਰ ਪਟੀਸ਼ਨ ਵਾਪਸ ਲੈ ਲਈ ਜਾਏਗੀ। ਇਸ ਐਲਾਨ ਨਾਲ 40 ਸਿੱਖਾਂ ਨੂੰ ਮੁੜ ਮੁਆਵਜ਼ਾ ਮਿਲਣ ਦੀ ਆਸ ਬੱਝ ਗਈ। ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੋਧਪੁਰ ਜੇਲ੍ਹ ਦੇ ਕੈਦੀਆਂ ਨੂੰ ਪਹਿਲਾਂ ਦਿੱਤੀਆਂ ਸਹੂਲਤਾਂ ਬਾਲ ਰੱਖਦਿਆਂ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਪਾਸੋਂ ਜੂਨ 1984 ਵਿੱਚ ਆਪਰੇਸ਼ਨ ਬਲਿਊ ਸਟਾਰ ਮਗਰੋਂ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਸਿੱਖਾਂ ਨੂੰ ਮੁਆਵਜ਼ਾ ਰਕਮ ਦੇਣ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਅਪੀਲ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਕੈਪਟਨ ਨੇ ਕੇਂਦਰ ਸਰਕਾਰ ਨੂੰ 4.25 ਕਰੋੜ ਦੇ ਮੁਆਵਜ਼ੇ ਦੀ ਅੱਧੀ ਰਕਮ ਦਾ ਭੁਗਤਾਨ ਬਿਨਾਂ ਕਿਸੇ ਦੇਰੀ ਤੋਂ ਕਰਨ ਦੀ ਅਪੀਲ ਕੀਤੀ ਹੈ। ਮੁਆਵਜ਼ਾ ਰਕਮ ਦੇਣ ਦੇ ਹੁਕਮ ਬੀਤੇ ਸਾਲ ਅਪ੍ਰੈਲ ਮਹੀਨੇ ਵਿੱਚ ਅੰਮ੍ਰਿਤਸਰ ਦੇ ਜ਼ਿਲ੍ਹਾ ਸੈਸ਼ਨ ਕੋਰਟ ਨੇ ਕੀਤੇ ਸਨ।
ਚੰਡੀਗੜ੍ਹ ਤੋਂ ਖਬਰਾਂ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਆਰੰਭੀ ਮੁਹਿੰਮ ਦਾ ਭਾਵੇਂ ਕਿ ਪਾਰਟੀ ਦੇ ਅੰਦਰ ਅੰਦਰ ਵਿਰੋਧ ਹੋ ਰਿਹਾ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਖਣਾ ਹੈ ਕਿ ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਬੱਧ ਕਰਨ ਸੰਬੰਧੀ ਨੀਤੀ ਆਉਣ ਤੋਂ ਪਹਿਲਾਂ ਕਿਸੇ ਵੀ ਗੈਰ ਕਾਨੂੰਨੀ ਉਸਾਰੀਆਂ ਕਰਦੀ ਆਗਿਆ ਨਹੀਂ ਦਿੱਤੀ ਜਾਵੇਗੀ। ਨਜਾਇਜ਼ ਇਮਾਰਤਾਂ ਅਤੇ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਦੇ ਦਿੱਤੇ ਹੁਕਮਾਂ ਨਾਲ ਪੰਜਾਬ ਦੀ ਸਿਆਸਤ ਪੱਕ ਗਈ ਹੈ। ਕਾਂਗਰਸ ਦੇ 3 ਵਿਧਾਇਕ ਸੁਸ਼ੀਲ ਰਿੰਕੂ, ਰਜਿੰਦਰ ਬੇਰੀ, ਬਾਵਾ ਹੈਨਰੀ, ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਡਟ ਕੇ ਜਿੱਥੇ ਵਿਰੋਧ ਕੀਤਾ ਜਾ ਰਿਹਾ ਉੱਥੇ ਭਾਜਪਾ ਆਗੂ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆ ਨਿਤਰੇ ਹਨ। ਉਹਨਾਂ ਨੇ ਕਾਰਵਾਈ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਇਸ ਮੁੱਦੇ 'ਤੇ ਫਿਲਹਾਲ ਚੁੱਪੀ ਧਾਰੀ ਬੈਠਾ ਏ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਦੇ ਮੇਅਰ ਨੂੰ 15 ਦਿਨਾਂ ਦੀ ਮੋਹਲਤ ਦਿੰਦਿਆਂ ਆਖਿਆ ਕਿ ਉਹ ਗੈਰ ਕਾਨੂੰਨੀ ਉਸਾਰੀਆਂ ਸੰਬੰਧੀ ਖਾਮੀਆਂ ਨੂੰ ਨਿਜਬੰਦ ਕਰ ਲੈਣ। ਸਿੱਧੂ ਨੇ ਆਖਿਆ ਕਿ ਉਹਨਾਂ ਨੇ ਸਾਰੀਆਂ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਹੈ ਤੇ ਸਾਡੇ ਕੋਲ ਅਜਿਹੀਆਂ 96 ਗੈਰ ਕਾਨੂੰਨੀ ਉਸਾਰੀਆਂ ਬਾਰੇ ਜਾਣਕਾਰੀ ਆ। ਉਹਨਾਂ ਆਖਿਆ ਕਿ ਅਸੀਂ ਕਿਸੇ ਵੀ ਪੁਰਾਣੇ ਘਰ ਨੂੰ ਢਾਉਣ ਲਈ ਨਹੀਂ ਕਿਹਾ, ਪਰ ਅਸੀਂ ਨਵੀਆਂ ਗੈਰ ਕਾਨੂੰਨੀ ਕਲੋਨੀਆਂ ਉਸਾਰਨ ਦੀ ਆਗਿਆ ਨਹੀਂ ਦੇਵਾਂਗੇ। ਉਹਨਾਂ ਆਖਿਆ ਕਿਤੇ ਵੀ ਕਿਸੇ ਗਰੀਬ ਦਾ ਘਰ ਨਹੀਂ ਢਾਇਆ ਗਿਆ। ਨਜਾਇਜ਼ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅੜਿੱਕਾ ਪਾਉਣ ਵਾਲੇ ਕਾਂਗਰਸੀ ਵਿਧਾਇਕ ਸ਼ਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਨੇ 1 ਮਹੀਨਾ ਪਹਿਲਾਂ ਨਜਾਇਜ਼ ਕਲੋਨੀਆਂ ਵਿੱਚ 2 ਪਲਾਟਾਂ ਦੀ ਰਜਿਸਟਰੀ ਕਰਾਈ ਹੈ। ਇਹਨਾਂ ਵਿੱਚ 1 ਪਲਾਟ ਰਹਾਇਸ਼ੀ ਤੇ ਦੂਜਾ ਕਮਰਸ਼ੀਅਲ ਹੈ। ਇਸੇ ਤਰ੍ਹਾਂ ਇੱਕ ਹੋਰ ਗੈਰ ਕਾਨੂੰਨੀ ਕਲੋਨੀ ਵਿੱਚ 2 ਏਕੜ ਜ਼ਮੀਨ ਸੁਸ਼ੀਲ ਰਿੰਕੂ ਉਸਦੀ ਮਾਤਾ ਤੇ 3 ਭੈਣਾਂ ਦੇ ਨਾਂ ਤੇ ਨੇ। ਸੁਸ਼ੀਲ ਰਿੰਕੂ ਦੇ ਹਲਕੇ ਵਿੱਚ ਨਜਾਇਜ਼ ਕਲੋਨੀਆਂ ਦਾ ਪਰਦਾ ਫਾਸ਼ ਕਰਨ ਵਾਲੇ ਭਾਜਪਾ ਆਗੂ ਸ਼ੀਤਲ ਉਂਗਰਾਲ ਨੇ ਦਾਅਵਾ ਕੀਤਾ ਕਿ ਉਸਦੀ ਜਾਨ ਨੂੰ ਖਤਰਾ ਹੈ। ਉਹਨਾਂ ਦੋਸ਼ ਲਾਇਆ ਕਿ ਕਲੋਨੀਆਂ ਬਾਰੇ ਪਰਦਾ ਫਾਸ਼ ਕਰਨ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਇਸ ਬਾਰੇ ਜੇਕਰ ਕੋਈ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੁੰਦਾ, ਇਸ ਲਈ ਕਾਂਗਰਸੀ ਵਿਧਾਇਕ ਰਿੰਕੂ ਜ਼ਿੰਮੇਵਾਰ ਹੋਣਗੇ। ਕਾਂਗਰਸੀ ਵਿਧਾਇਕ ਰਿੰਕੂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਗੈਰ ਕਾਨੂੰਨੀ ਕਲੋਨੀ ਵਿੱਚ ਪਲਾਟ ਖਰੀਦ ਕੇ ਕੋਈ ਗਲਤ ਕੰਮ ਨਹੀਂ ਕੀਤਾ। ਨਵੀਂ ਦਿੱਲੀ ਤੋਂ ਖਬਰਾਂ। ਅੱਜ ਭਾਰਤੀ ਸੰਗੀਤ ਨਾਟਕ ਅਕੈਡਮੀ ਨੇ ਪੰਜਾਬ ਦੇ ਕਲਾਕਾਰਾਂ ਵਾਸਤੇ ਆਪਣੇ ਸਰਵੋਤਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਰਾਗੀ ਅਤੇ ਪ੍ਰੋਫੈਸਰ ਡਾਕਟਰ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਕਾ ਕੜਵਾ ਦੇ ਮਾਹੀਆ ਕੋਕਾ ਗਾਉਣ ਵਾਲੀ ਸਰਵਜੀਤ ਕੌਰ ਕੁਲੀਰਾ ਵਿੱਚ ਪਾਈ ਐਸਾ ਤੇਰੇ ਆਉਂਦਾ ਜਾਂਦਾ ਤੱਕਦਾ ਰਹੀ ਗਾਉਣ ਵਾਲੀਆਂ ਨੂਰਾਂ ਭੈਣਾਂ ਨੂੰ ਇਸ ਵਾਰੀ ਭਾਰਤੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲੇਗਾ। ਇਹ ਪੁਰਸਕਾਰ ਆਉਂਦੇ ਦਿਨੀ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਖੇ ਇਹਨਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੇ ਚੁਣੇ ਗਏ ਕਲਾਕਾਰਾਂ ਨੂੰ ਮੁਬਾਰਕਬਾਦ ਆਖੀ। ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 13,000 ਕਰੋੜ ਦੇ ਘੁਟਾਲੇ ਦੇ ਤਾਰ ਇਸ ਬੈਂਕ ਦੇ ਕਲਰਕ ਤੋਂ ਲੈ ਕੇ ਹਾਇਰ ਮੈਨੇਜਮੈਂਟ ਤੱਕ ਨਾਲ ਜੁੜੇ ਨੇ। ਬੈਂਕ ਦੀ 162 ਪੇਜਾਂ ਦੀ ਅੰਦਰੂਨੀ ਜਾਂਚ ਰਿਪੋਰਟ ਦੱਸਦੀ ਹੈ ਕਿ ਘੁਟਾਲੇ ਵਿੱਚ ਕਲਰਕ, ਫੋਰਨ ਐਕਸਚੇਂਜ ਮੈਨੇਜਰ, ਆਡੀਟਰ ਤੋਂ ਲੈ ਕੇ ਰੀਜਨਲ ਆਫਿਸ ਦੇ ਮੁਖੀ ਵੀ ਸ਼ਾਮਲ ਰਹੇ। ਬੈਂਕ ਦੇ 54 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲ ਕੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ। ਇਹਨਾਂ ਵਿੱਚੋਂ 8 ਲੋਕਾਂ ਤੇ ਸੀਬੀਆਈ ਨੇ ਕੇਸ ਦਰਜ ਕੀਤਾ। ਬੈਂਕ ਦੇ ਰਿਸਕ ਕੰਟਰੋਲ ਅਤੇ ਮੋਨੀਟਰਿੰਗ ਸਿਸਟਮ ਵਿੱਚ ਵੱਡੀਆਂ ਖਾਮੀਆਂ ਦੇ ਕਰਕੇ ਘੁਟਾਲੇ ਵਿੱਚ ਬੈਂਕ ਕਰਮਚਾਰੀਆਂ ਦੀ ਮਿਲੀ ਭੁਗਤ ਫੜੀ ਨਹੀਂ ਜਾ ਸਕੀ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ PNB ਨੇ ਪਹਿਲਾਂ ਆਖਿਆ ਸੀ ਕਿ ਮੁੰਬਈ ਦੀ 1 ਬ੍ਰਾਂਚ ਕੈਂਡੀ ਹਾਊਸ ਨੇ ਹੀ ਨੀਰਵ ਮੋਦੀ ਅਤੇ ਮਹਿਲ ਚੌਕਸੀ ਨੂੰ ਫਾਇਦਾ ਪਹੁੰਚਾਉਣ ਲਈ ਅਰਬਾਂ ਡਾਲਰਾਂ ਦੀ ਫਰਜ਼ੀ ਬੈਂਕ ਗਰੰਟੀ ਜਾਰੀ ਕੀਤੀ ਸੀ। ਲੇਕਿਨ ਹੁਣ ਸਾਹਮਣੇ ਆਇਆ ਕਿ ਇਸ ਫਰਜ਼ੀ ਵਾਣੀ ਦੇ ਤਾਰ PNB ਦੀਆਂ ਕਈ ਸ਼ਾਖਾਵਾਂ ਨਾਲ ਜੁੜੇ ਹੋਏ ਨੇ। ਬਦਸਲੂਕੀ ਦੇ ਦੋਸ਼ਾਂ ਵਿੱਚ ਘਿਰੇ ਅਖੌਤੀ ਆਗੂ ਜਿਹੜਾ ਆਪਣੇ ਆਪ ਨੂੰ ਮਹਾਰਾਜ ਕਹਿੰਦਾ, ਦਾਤੀ ਮਦਨ, ਕ੍ਰਾਈਮ ਬ੍ਰਾਂਚ ਦੇ ਅੱਗੇ ਆਤਮ ਸਮਰਪਣ ਤੋਂ ਅਗਲੇ ਦਿਨ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ ਤੇ ਉਹਨਾਂ ਉੱਪਰ ਲੱਗੇ ਸੰਗੀਨ ਦੋਸ਼ਾਂ ਤੇ ਉਹਨਾਂ ਉਹ ਗੱਲਾਂ ਦੁਹਰਾਈਆਂ ਜੋ ਪੁਲਿਸ ਤੋਂ ਬਚਣ ਦੌਰਾਨ ਆਪਣੀ ਆਡੀਓ ਵੀਡੀਓ ਕਲਿੱਪ ਵਿੱਚ ਕਹੀਆਂ ਸਨ। ਉਹਨਾਂ ਸਫਾਈ ਦਿੱਤੀ ਕਿ ਉਹਨਾਂ ਦੇ ਆਸ਼ਰਮ ਵਿੱਚ ਅਭਿਸ਼ੇਕ ਅਗਰਵਾਲ ਨਾਮ ਦਾ ਸ਼ਖਸ ਰਿਹਾ ਜਿਸ ਤੇ ਉਹਨਾਂ ਖੂਬ ਭਰੋਸਾ ਕੀਤਾ। ਇਸ ਮਾਮਲੇ ਵਿੱਚ ਦਾਤੀ ਮਹਾਰਾਜ ਤੋਂ ਇਲਾਵਾ ਦੋਸ਼ੀ ਅਸ਼ੋਕ ਅਰਜਨ ਅਤੇ ਅਨਿਲ ਤੋਂ ਵੀ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਕੀਤੀ ਹੈ। ਉਸ ਨਾਲ ਕੁਝ ਲੋਕਾਂ ਦੇ ਨਾਲ ਉਹਨਾਂ ਆਪਣੇ ਨਾਲ ਲੈਣ ਦੇਣ ਦੀ ਗੱਲ ਕਹੀ। ਉਹਨਾਂ ਆਖਿਆ ਕਿ 2 ਲੋਕ ਨਵੀਨ ਗੁਪਤਾ ਤੇ ਸਚਿਨ ਉਹਨਾਂ ਤੋਂ 32 ਕਰੋੜ ਰੁਪਏ ਜਬਰਨ ਮੰਗ ਰਹੇ ਨੇ। ਉਹਨਾਂ ਆਖਿਆ ਕਿ ਇਸ ਲੈਣ ਦੇਣ ਦਾ ਕੋਈ ਜਾਣਕਾਰੀ ਨਹੀਂ। ਦਾਤੀ ਦਾ ਦਾਅਵਾ ਕਿ ਬਿਜ਼ਨਸਮੈਨ ਸਚਿਨ ਜੈਨ ਅਤੇ ਨਵੀਨ ਵੀ ਇਸ ਆਸ਼ਰਮ ਵਿੱਚ ਰਹੇ ਨੇ। ਦਾਤੀ ਦੀ ਪ੍ਰੈਸ ਕਾਨਫਰੰਸ ਦੇ ਕੁਝ ਦਿਨ ਬਾਅਦ ਸਚਿਨ ਜੈਨ ਅਤੇ ਨਵੀਨ ਗੁਪਤਾ ਵੀ ਮੀਡੀਆ ਸਾਹਮਣੇ ਆਏ। ਉਹਨਾਂ ਸਾਂਝੇ ਤੌਰ ਤੇ ਦਾਤੀ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਤੇ ਆਖਿਆ ਕਿ ਦਾਤੀ ਨੇ ਸਚਿਨ ਜੈਨ, ਨਵੀਨ ਗੁਪਤਾ, ਸ਼ਕਤੀ ਅਗਰਵਾਲ ਅਤੇ ਭੁਪੇਸ਼ ਕੁਮਾਰ ਯਾਦਵ ਦਾ ਨਾਮ ਲੈ ਕੇ ਮਾਮਲੇ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਆਖਿਆ ਕਿ ਜੋ ਪੈਸਾ ਦਿੱਤਾ ਉਹ ਦਾਨ ਦੇ ਤੌਰ ਤੇ ਦਿੱਤਾ ਗਿਆ। ਜੋ ਵੀ ਪੈਸੇ ਦਾ ਲੈਣ ਦੇਣ ਹੋਇਆ ਉਹ ਅਭਿਸ਼ੇਕ ਅਗਰਵਾਲ ਦੇ ਨਾਲ ਸਭ ਦਾ ਹੋਇਆ ਤੇ ਕਾਲ ਡਿਟੇਲ ਉਹਨਾਂ ਆਖਿਆ ਕਿ ਬਾਬੇ ਦੀਆਂ ਕਢਾਈਆਂ ਜਾਣ। ਜੰਮੂ ਕਸ਼ਮੀਰ ਵਿੱਚ ਰਾਜਪਾਲ ਰਾਜ ਲਾਗੂ ਹੋ ਗਿਆ। ਵਿਧਾਨ ਸਭਾ ਨੂੰ ਸਸਪੈਂਡ ਕਰ ਦਿੱਤਾ ਗਿਆ। ਬੀਜੇਪੀ PDP ਗੱਠਜੋੜ ਟੁੱਟਣ ਤੋਂ ਬਾਅਦ ਮਹਿਬੂਬਾ ਮੁਫਤੀ ਦੇ ਅਸਤੀਫੇ ਨੇ ਗਵਰਨਰ NN ਵੋਰਾ
ਵੱਲੋਂ ਰਾਸ਼ਟਰਪਤੀ ਤੇ ਰਾਜਪਾਲ ਰਾਜ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਸੂਬੇ ਵਿੱਚ ਸੁਰੱਖਿਆ ਤੇ ਪ੍ਰਸ਼ਾਸਨ ਦੀ ਜੁੜੀ ਹਲਚਲ ਤੇਜ਼ ਹੋ ਗਈ ਹੈ। ਡੀਜੀਪੀ ਐਸਪੀ ਵੈਦ ਨੇ ਪ੍ਰੈਸ਼ਰ ਫ੍ਰੀ ਹੋਣ ਦੀ ਗੱਲ ਕਹੀ। ਉਹਨਾਂ ਆਖਿਆ ਕਿ ਅੱਤਵਾਦੀਆਂ ਖਿਲਾਫ ਆਪਰੇਸ਼ਨ ਪਹਿਲਾਂ ਤੋਂ ਚੱਲ ਰਹੇ ਨੇ ਤੇ ਹੁਣ ਇਹਨਾਂ ਨੂੰ ਤੇਜ਼ ਕੀਤਾ ਜਾਏਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਰਾਜਪਾਲ ਰਾਜ ਵਿੱਚ ਉਹਨਾਂ ਦੇ ਕੰਮ 'ਚ ਕੋਈ ਫਰਕ ਪਏਗਾ ਤੇ ਵੈਦ ਨੇ ਆਖਿਆ ਕਿ ਮੈਨੂੰ ਲੱਗਦਾ ਕਿ ਇਸ ਨਾਲ ਕੰਮ ਕਰਨਾ ਹੋਰ ਆਸਾਨ ਹੋ ਜਾਏਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਖਾਸ ਰਹੇ ਛੱਤੀਸਗੜ੍ਹ ਦੇ ਅਡੀਸ਼ਨਲ ਚੀਫ ਸੈਕਟਰੀ VVR ਸੁਬਰਾਮਨੀਅਮ ਨੂੰ ਕਸ਼ਮੀਰ ਭੇਜਿਆ ਗਿਆ। ਉਹਨਾਂ ਨੂੰ ਚੀਫ ਸੈਕਟਰੀ ਬਣਾਏ ਜਾਣ ਦੀ ਚਰਚਾ ਹੈ। ਉਧਰ ਜੰਮੂ ਕਸ਼ਮੀਰ ਦੇ ਰਾਜਪਾਲ NN ਵੋਰਾ ਦਾ ਕਾਰਜਕਾਲ ਇਸੇ ਮਹੀਨੇ ਖਤਮ ਹੋ ਰਿਹਾ ਹੈ। ਉਹਨਾਂ ਦੀ ਜਗ੍ਹਾ ਤੇ ਰਿਟਾਇਰਡ ਲੈਫਟੀਨੈਂਟ ਜਨਰਲ ਸੈਯਦ ਅਤ ਹੁਸੈਨ ਜਾਂ ਰਿਟਾਇਰਡ ਲੈਫਟੀਨੈਂਟ ਜਨਰਲ ਦਪਿੰਦਰ ਹੁੱਡਾ ਨੂੰ ਲਿਆਉਣ ਦੀ ਚਰਚਾ ਹੈ। ਸਮੁੱਚੇ ਵਿਸ਼ਵ ਨੂੰ ਯੋਗ ਦਾ ਪਾਠ ਪੜਾਉਣ ਵਾਲੇ ਯੋਗ ਆਗੂ ਰਾਮਦੇਵ ਹੁਣ ਹਰਿਆਣੇ ਵਿੱਚ ਯੋਗ ਦੇ ਬ੍ਰਾਂਡ ਅੰਬੈਸਡਰ ਨਹੀਂ। ਹਰਿਆਣਾ ਸਰਕਾਰ ਨੇ ਪਹਿਲੀ ਵਾਰ ਸਬ ਡਿਵੀਜ਼ਨ ਪੱਧਰ ਤੇ ਯੋਗ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਯੋਗ ਦਿਵਸ ਪ੍ਰੋਗਰਾਮ ਦੇ ਪ੍ਰਚਾਰ ਲਈ ਤਿਆਰ ਕੀਤੇ ਪੋਸਟਰਾਂ ਵਿੱਚੋਂ ਰਾਮਦੇਵ ਗਾਇਬ ਨੇ। ਹਰਿਆਣਾ ਸਰਕਾਰ ਨੇ ਯੋਗ ਨੂੰ ਹੁਲਾਰਾ ਦੇਣ ਤੋਂ ਸਭ ਤੋਂ ਪਹਿਲਾਂ 15 ਅਪ੍ਰੈਲ 2015 ਨੂੰ ਯੋਗ ਆਗੂ ਰਾਮਦੇਵ ਨੂੰ ਹਰਿਆਣਾ ਵਿੱਚ ਯੋਗ ਲਈ ਬ੍ਰਾਂਡ ਅੰਬੈਸਡਰ ਐਲਾਨ ਕੇ ਸਟੇਟ ਗੈਸਟ ਦਾ ਦਰਜਾ ਪ੍ਰਦਾਨ ਕੀਤਾ ਸੀ। ਹਾਲਾਂਕਿ ਸਰਕਾਰ ਰਾਮਦੇਵ ਨੂੰ ਰਾਜ ਮੰਤਰੀ ਦਾ ਦਰਜਾ ਦੇਣਾ ਚਾਹੁੰਦੀ ਸੀ, ਲੇਕਿਨ ਇਸ ਵਿੱਚ ਕਈ ਤਕਨੀਕੀ ਅੜਚਨਾ ਆ ਗਈਆਂ। ਹਰਿਆਣਾ ਵਿੱਚ ਇਸ ਸਾਲ ਸੂਬੇ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਯੋਗ ਆਗੂ ਰਾਮਦੇਵ ਭਾਗ ਨਹੀਂ ਲੈਣਗੇ। ਰਾਮਦੇਵ ਨੂੰ ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ 21 ਜੂਨ 2015 ਨੂੰ ਕਰਵਾਏ ਗਏ ਯੋਗ ਦਿਵਸ ਸਮਾਗਮ ਵਿੱਚ ਖੁਦ ਰਾਮਦੇਵ ਨੇ ਹਰਿਆਣਾ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਯੋਗਾ ਕਰਵਾਇਆ ਸੀ। 21 ਜੂਨ 2016 ਨੂੰ ਫਰੀਦਾਬਾਦ ਵਿੱਚ ਯੋਗ ਸਮਾਗਮ ਵਿੱਚ ਰਾਮਦੇਵ ਨੇ ਭਾਗ ਲਿਆ ਤੇ ਇੱਕੋ ਸਮੇਂ 408 ਯੋਗ ਸਾਧਕਾਂ ਤੋਂ ਸਿਖਰ ਆਸਨ ਕਰਵਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਬਾਅਦ ਰਾਮਦੇਵ ਨੇ ਹਰਿਆਣਾ ਤੋਂ ਦੂਰੀ ਬਣਾ ਲਈ। ਪਿਛਲੇ ਕਰੀਬ 3 ਸਾਲਾਂ ਵਿੱਚ ਨਾ ਤਾਂ ਮੋਰਨੀ ਦੇ ਹਰਬਲ ਪਾਰਕ ਦਾ ਨਤੀਜਾ ਮਿਲ ਸਕਿਆ ਤੇ ਨਾ ਹੀ ਸੂਬੇ ਦੇ ਪਿੰਡਾਂ ਵਿੱਚ ਯੋਗ ਸਾਧਕਾਂ ਵੱਲੋਂ ਨਿਯਮਤ ਯੋਗ ਕਲਾਸਾਂ ਕਰਵਾਈਆਂ ਜਾ ਸਕੀਆਂ। ਇਸ ਨਾਲ ਸਰਕਾਰ ਦੀ ਬੇਇੱਜ਼ਤੀ ਹੋ ਰਹੀ ਹੈ। ਸਾਲ 2016 ਤੋਂ ਬਾਅਦ ਰਾਮਦੇਵ ਨੇ ਹਰਿਆਣੇ ਵਿੱਚ ਕਦੇ ਪੈਰ ਨਹੀਂ ਧਰਿਆ। ਸੂਬਾ ਸਰਕਾਰ ਤੇ ਰਾਮਦੇਵ ਵਿਚਕਾਰ ਵਧੀ ਦੂਰੀ ਦਾ ਨਤੀਜਾ ਅੱਜ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸੂਬੇ ਭਰ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ। ਮੰਤਰੀਆਂ ਦੀਆਂ ਤੇ ਵਿਧਾਇਕਾਂ ਦੀਆਂ ਡਿਊਟੀਆਂ ਲਾਈਆਂ। ਉਸ ਵਕਤ ਹਰਿਆਣਾ ਸਰਕਾਰ ਵੱਲੋਂ ਜਾਰੀ ਪੋਸਟਰਾਂ ਤੇ ਸਵਾਲ ਖੜੇ ਹੋ ਚੁੱਕੇ ਨੇ। ਇਸ ਪੋਸਟਰ ਵਿੱਚ ਹਰਿਆਣਾ ਦੇ ਯੋਗ ਬ੍ਰਾਂਡ ਅੰਬੈਸਡਰ ਰਾਮਦੇਵ ਦੀ ਫੋਟੋ ਜਾਂ ਉਹਨਾਂ ਦਾ ਜ਼ਿਕਰ ਤੱਕ ਨਹੀਂ। ਇਨੀ ਦਿਨੀ ਭਾਰਤ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਦਿਨ ਨੇ। ਲੋਕ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਕੱਟਣ ਠੰਡੀਆਂ ਥਾਵਾਂ 'ਤੇ ਚੱਲੇ ਹੋਏ ਨੇ ਔਰ ਸੈਲਫੀਆਂ ਦਾ ਸਿਲਸਿਲਾ ਜ਼ੋਰ ਸ਼ੋਰ ਨਾਲ ਜਾਰੀ ਹੈ। ਸੈਲਫੀਆਂ ਹਰ ਕੋਈ ਬੰਦਾ ਸੋਸ਼ਲ ਸਾਈਟਾਂ 'ਤੇ ਪਾ ਰਿਹਾ। ਦਿੱਲੀ ਤੋਂ ਛੁੱਟੀਆਂ ਕੱਟਣ ਮੁੰਬਈ ਆਈ ਇੱਕ ਔਰਤ ਸੈਲਫੀ ਲੈਂਦੀ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਪਈ। ਅੱਜ ਸਵੇਰੇ ਖੱਡ 'ਚੋਂ ਉਸ ਦੀ ਲਾਸ਼ ਕੱਢੀ ਗਈ। ਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ ਪਿਛਲੇ ਦਿਨਾਂ ਤੋਂ ਵਿਵਾਦਾਂ 'ਚ ਘਿਰਿਆ ਹੋਇਆ ਹੈ। ਲੁਧਿਆਣਾ ਤੋਂ MLA ਬੈਂਸ ਨੇ ਛਾਪੇਮਾਰੀ ਕੀਤੀ ਸੀ ਅਤੇ ਮਹੀਨੇ ਦੀ 200 ਕਰੋੜ ਰੁਪਏ ਦੀ ਕਾਲੀ ਕਮਾਈ ਦਾ ਪਰਦਾ ਚੁੱਕਿਆ ਸੀ। ਅੱਜ ਵਿਜੀਲੈਂਸ ਵਿਭਾਗ ਨੇ ਵੇਰਕਾ ਪਲਾਂਟ 'ਤੇ ਰੇਡ ਮਾਰੀ ਹੈ ਅਤੇ ਅਹਿਮ ਖੁਲਾਸੇ ਕੀ ਹੁੰਦੇ ਆਉਣ ਵਾਲਾ ਸਮਾਂ ਦੱਸੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ ਅਤੇ ਉਹਨਾਂ ਦੀ ਲੰਬੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਉਹਨਾਂ ਨੂੰ ਵਧਾਈਆਂ ਦਿੱਤੀਆਂ। ਰਾਹੁਲ ਗਾਂਧੀ 48 ਸਾਲਾਂ ਦੇ ਹੋ ਗਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਾਂਗਰਸ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਭੇਜੀਆਂ। ਵੈਨਕੂਵਰ ਤੋਂ ਖਬਰ ਆ ਰਹੀ ਹੈ, ਸ਼ਹਿਰ ਸੈਨਿਚ ਵਿੱਚ ਬੱਚਿਆਂ ਨੂੰ ਬੁਲਿੰਗ ਤੋਂ ਬਚਾਉਣ ਦੀ ਸਮਾਜ ਸੇਵਾ ਕਰ ਰਹੀ ਪੰਜਾਬਣ ਸੁਮਨ ਵਿਰਕ, ਜਿਹੜੀ 58 ਸਾਲਾਂ ਦੀ ਸੀ, ਸਾਹ ਨਾਲੀ 'ਚ ਖਾਣਾ ਫਸਣ ਕਾਰਨ ਉਹਦੀ ਮੌਤ ਹੋ ਗਈ। ਸੁਮਨ ਅਤੇ ਉਸਦਾ ਪਤੀ ਮਨਜੀਤ ਵਿਰਕ ਬੱਚਿਆਂ ਨੂੰ ਬੁਲਿੰਗ ਤੋਂ ਬਚਾਉਣ ਲਈ ਜਾਗਰੂਕਤਾ ਰੈਲੀਆਂ ਕੱਢਦੇ ਸਨ। ਸੁਮਨ ਵਿਰਕ ਦੇ ਪੁੱਤਰ ਅਮਨ ਦਾ ਆਖਣਾ, 3 ਦਿਨ ਪਹਿਲਾਂ ਰੈਸਟੋਰੈਂਟ 'ਚ ਖਾਣਾ ਖਾਂਦੇ ਸਮੇਂ ਉਸਦੀ ਮਾਤਾ ਨੂੰ ਅਚਾਨਕ ਹੁੱਥੂ ਲੱਗਾ। ਹਸਪਤਾਲ ਜਾਣ 'ਤੇ ਡਾਕਟਰਾਂ ਨੇ ਕਿਹਾ ਖਾਣਾ ਕਿਸੇ ਤਰ੍ਹਾਂ ਸੁਮਨ ਦੀ ਸਾਹ ਨਾਲੀ 'ਚ ਫਸ ਗਿਆ, ਜਿਸ ਕਾਰਨ ਉਸਦਾ ਦਿਮਾਗ ਸੁੰਨ ਹੋ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਵੈਨਕੂਵਰ ਤੋਂ ਇੱਕ ਹੋਰ ਖਬਰ ਅਨੁਸਾਰ, ਬੀਤੇ ਹਫ਼ਤੇ ਸਰੀ 'ਚ ਸਕੂਲ ਤੋਂ ਲਿਜਾ ਕੇ 2 ਬੱਚਿਆਂ ਦਾ ਕਤਲ ਕਰਨ ਦੀ ਘਟਨਾ ਕਾਰਨ ਪੰਜਾਬੀ ਭਾਈਚਾਰੇ 'ਚ ਭਾਰੀ ਰੋਸ ਹੈ। ਸਾਊਥ ਏਸ਼ੀਆ ਮੀਡੀਆ ਮੁਲਾਜ਼ਮਾਂ ਵੱਲੋਂ ਕੱਢੀ ਗਈ ਰੋਸ ਰੈਲੀ 'ਚ ਲੋਕਾਂ ਨੇ ਸ਼ਮੂਲੀਅਤ ਕਰਕੇ ਸਰੀ ਦੇ ਪੁਲਿਸ ਇੰਚਾਰਜ ਨੂੰ ਫਿਕਰਮੰਦ ਕਰ ਦਿੱਤਾ। ਪੰਜਾਬ ਡਾਇਰੀ ਵਿੱਚ ਅੱਜ ਦੇ ਪ੍ਰੋਗਰਾਮ ਲਈ ਬਸ ਇੰਨਾ ਹੀ। ਮਿਲਦੇ ਹਾਂ ਕੱਲ੍ਹ। ਸਤਿ ਸ਼੍ਰੀ ਅਕਾਲ।